ਟਰੀਟ ਕਰਨੇ ਟਰੀਟ ਕਰਨ ਦੇ ਲਈ ਹੁਣ ਤੁਸੀਂ ਦੱਸਿਆ ਕਿ ਹੋ ਗਿਆ ਪਤਾ ਲੱਗ ਗਿਆ ਸਾਡੇ ਆ ਸਿੰਪਟਮਸ ਆ ਗਏ ਆ ਵੀ ਮੈਨੂੰ ਹੁਣ ਆ ਬਿਮਾਰੀ ਲੱਗ ਗਈ ਹੈ ਇਹਦੇ ਨਾਲ ਮੈਨੂੰ ਸਟ्रेस ਵੀ ਆ ਸਲੀਪलेस ਵੀ ਆ ਹੋਰ ਵੀ ਕਾਫੀ ਬਿਮਾਰੀਆਂ ਆ ਗਈਆਂ ਤੇ ਕੀ ਇਹ ਜਿੱਦਾਂ ਅਸੀਂ ਕਹਿੰਦੇ ਆ ਕਿ ਜਦੋਂ ਸਾਡਾ ਕੋਲੇਸਟ੍ਰੋਲ ਵੱਧ ਜਾਂਦਾ ਹੈਗਾ ਥੋੜੇ ਸਮੇ ਲਈ ਮੈਡੀਸਿਨ ਲਈਏ ਫਿਰ ਉਹ ਕੰਟਰੋਲ ਹੋ ਜਾਂਦਾ ਕਿ ਇਹ ਵੀ ਇਸੇ ਤਰ੍ਹਾਂ ਕਿ ਇਹਨੂੰ ਜੜ ਤੋਂ ਵੀ ਖਤਮ ਕੀਤਾ ਜਾ ਸਕਦਾ ਕਿ ਜਾਂ ਇਹਨੂੰ ਦਵਾਈਆਂ ਦੇ ਨਾਲ ਕੰਟਰੋਲ ਕੀਤਾ ਜਾ ਸਕਦਾ ਮੈਂ ਟ੍ਰੈਡੀਸ਼ਨਲ ਮੈਡੀਸਿਨ ਦੀ ਤੇ ਗੱਲ ਨਹੀਂ ਕਰਦਾ ਉਹ ਤੇ ਮੇਰੇ ਕੋਲੇ ਜਿੰਨੇ ਵੀ ਆਏ ਨੇ ਉਹਨਾਂ ਨੇ ਸਾਰਿਆਂ ਨੇ ਇਹ ਕਿਹਾ ਕਿ ਅਸੀਂ ਕੋਈ 20 ਸਾਲ ਤੋਂ ਖਾ ਰਿਹਾ ਕੋਈ 30 ਸਾਲ ਤੋਂ ਖਾ ਰਿਹਾ ਕੋਈ 10 ਸਾਲ ਤੋਂ ਖਾ ਰਿਹਾ ਕੋਈ 4 ਸਾਲ ਤੋਂ ਖਾ ਰਿਹਾ ਤੇ ਡਾਕਟਰ ਨੇ ਕਿਹਾ ساری ਉਮਰ ਖਾਣਾ ਉਹਨਾਂ ਦੀ ਤਾਂ ਮੈਂ ਗੱਲ ਹੀ ਨਹੀਂ ਕਰਦਾ ਸਾਡਾ ਉਹ ਤੁਹਾਨੂੰ ਪਤਾ ਡੋਮੇਨ ਨਹੀਂ ਹੈ ਲੈਕਿਨ ਮੈਂ ਆਪਣੀ ਗੱਲ ਕਰਦਾ ਕਿ ਅਗਰ ਤੁਸੀਂ ਇਹ ਸਾਰੀ ਫੂਡ ਮੈਨੇਜਮੈਂਟ ਕਰ ਲੋ ਪਲੱਸ ਇੱਕ ਦਵਾਈ ਹੈ ਦੀ ਹੋਮੀਓਪੈਥਿਕ ਦੀ ਦਵਾਈ ਨਹੀਂ ਉਹ ਕੰਬੀਨੇਸ਼ਨ ਹੈ ਉਸ ਹੀ ਆਪ ਹੀ ਡਿਸਾਈਡ ਕੀਤਾ ਹੋਇਆ ਸੀ ਆਪ ਹੀ ਉਹ ਇਨਵੈਂਟ ਕੀਤਾ ਕਹਿ ਲੋ ਅਗਰ ਉਹ ਕੰਬੀਨੇਸ਼ਨ ਤੁਸੀਂ ਦੋ ਤਿੰਨ ਦਵਾਈਆਂ ਨੇ ਉਹ ਯੂਜ਼ ਕਰ ਲੋ ਤੇ ਕੋਈ ਮਹੀਨੇ ਡੇਢ ਚ ਤੁਹਾਡੀਆਂ ਸਾਰੀਆਂ ਦਵਾਈਆਂ ਛੁੱਟ ਜਾਂਦੀਆਂ ਜਿਹੜੀਆਂ ਤੁਸੀਂ ਇਹਦੇ ਲਈ ਖਾ ਰਹੇ ਹੋ ਤੇ ਅਗਲੇ ਦੋ ਤਿੰਨ ਮਹੀਨਿਆਂ ਚ ਜਿਹੜੇ ਸਿੰਪਟਮਸ ਹੁੰਦੇ ਨੇ ਯਾ ਉਹਨਾਂ ਦਵਾਈਆਂ ਦੇ ਹੀ ਸਾਈਡ ਇਫੈਕਟ ਹੁੰਦੇ ਨੇ ਤੁਹਾਨੂੰ ਪਤਾ ਐ ਇਸ ਗੱਲ ਜਿਹੜੀ ਥਾਇਰੋਇਡ ਦੀ ਦਵਾਈ ਥਾਇਰੋਇਡ ਨੂੰ ਹੀਲ ਕਰਦੀ ਐ ਉਹਦੇ ਅੱਠ-ਨੌ ਸਾਈਡ ਇਫੈਕਟਸ ਵੀ ਨੇ ਉਹ ਸਾਈਡ ਇਫੈਕਟਸ ਅਗਲੇ 2-3 ਮਹੀਨਿਆਂ ਚ ਮੁੱਕਣੇ ਸ਼ੁਰੂ ਹੋ ਜਾਂਦੇ ਨੇ ਤੇ ਅਸੀਂ ਉਹ ਦਵਾਈ ਛੁਡਾ ਦਿੰਨੇ ਉਹਨਾਂ ਦੀ ਜਿਹੜੀ ਜੀ ਉਹ ਐਡਿਕਸ਼ਨ ਐ ਉਹ ਦਵਾਈ ਉਹ ਇਸ ਤਰ੍ਹਾਂ ਛੁਡਾਈ ਦੀ ਕਿ ਇੱਕ ਦਿਨ ਖਾਦੀ ਇੱਕ ਦਿਨ ਨਹੀਂ ਖਾਦੀ ਅੱਧੀ ਗੋਲੀ ਕਰਦੀ ਇੱਕ ਦਿਨ ਖਾਦੀ ਇੱਕ ਦਿਨ ਨਹੀਂ ਖਾਦੀ ਫਿਰ 15-20 ਦਿਨਾਂ ਚ ਉਹ ਵੀ ਛੱਡ ਦੇਣੀ ਹੂੰ ਉਦੋਂ ਤੁਹਾਨੂੰ ਛੱਡ ਜਾਂਦੇ ਤੁਸੀਂ ਫੀਲ ਕਰਦੇ ਹੋ ਕਿ ਜਿਹੜੇ ਉਹ ਸਾਈਡ ਇਫੈਕਟਸ ਹੋ ਰਹੇ ਸੀਗੇ ਉਹ ਖਤਮ ਹੋ ਗਏ ਤੁਹਾਨੂੰ ਪਤਾ ਲੱਗਦਾ ਤੁਹਾਡੀ ਬੋਡੀ ਨੂੰ ਬੱਕਾ ਹੀ ਦਾ ਪਤਾ ਲੱਗਦਾ ਜੀ ਉਸ ਤੋਂ ਬਾਅਦ ਤੁਸੀਂ ਜਦੋਂ ਉਹ ਦਵਾਈ ਖਾਂਦੇ ਹੋ ਜੀ ਤੁਸੀਂ ਜਦੋਂ ਦਵਾਈ ਖਾਂਦੇ ਹੋ ਜਿਹੜੀ ਹੋਮੀਓਪੈਥਿਕ ਦੇ ਤੌਰ 'ਤੇ ਦਿੱਤੀ ਤੇ ਉਹ ਸਮ ਟਾਈਮਸ ਐਸਾ ਹੁੰਦਾ ਬਲਜਿੰਦਰ ਮਾਇਰਕਲ ਦੇਖੋ ਤੁਸੀਂ ਨੈਚੁਰਲ ਮੈਡੀਸਨ ਅਲਟਰਨੇਟਿਵ ਮੈਡੀਸਨ ਤੁਸੀਂ ਇੱਥੇ ਮੇਰੇ ਕੋਲ ਥਾਇਰੋਇਡ ਵਾਲਾ ਪੇਸ਼ੈਂਟ ਬੈਠਾ ਡਿਪਰੈਸਡ ਹੈ ਬਹੁਤ ਜ਼ਿਆਦਾ ਡਿਪਰੈਸਡ ਹੈ ਸਟ੍ਰੈਸਡ ਹੈ ਉਹਨੂੰ ਟਾਇਰਡਨੈਸ ਵੀ ਹੈ ਜੀ ਔਰ ਉਹਨੂੰ ਉਹਦੀ ਜ਼ੁਬਾਨ ਤੇ 2 3 ਡ੍ਰੌਪਸ ਪਏ ਕਿਸੇ ਦਵਾਈ ਦੇ ਔਰ ਉਹਦੀਆਂ ਅੱਖਾਂ ਖੁੱਲ ਗਈਆਂ ਉਹਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਸ ਤਰ੍ਹਾਂ ਵਾਪਸ ਆ ਗਿਆ ਦੁਨੀਆ ਤੇ ਗੋ ਕੇ ਉਹਦਾ ਅਸਰ ਥੋੜਾ ਘਟ ਰਹੇਗਾ ਫਿਰ ਉਹ ਰਿਪੀਟ ਕਰਦੇ ਰਾਂਗੇ ਕਰਦੇ ਰਾਂਗੇ ਕਰਦੇ ਰਾਂਗੇ ਫਿਰ ਉਹਦਾ ਸਪੈਨ ਵੱਧ ਜਾਏਗਾ ਫਿਰ 24 ਆਵਰਸ ਤੇ ਚਲਾ ਜਾਏਗਾ ਫਿਰ ਉਹ ਆਸਤਾ ਆਸਤਾ ਉਹ ਰਿਮੂਵ ਹੋ ਜਾਏਗਾ ਫਿਰ ਉਹਨੂੰ ਜਦੋਂ ਅਸੀਂ ਐਕਟਿਵ ਕਰ ਦਿਆਂਗੇ ਉਹਦੇ ਥਾਇਰਾਇਡ ਨੂੰ ਹਾਈਪੋ ਚ ਤੇ ਹਾਈਪਰ ਚ ਅਸੀਂ ਉਹਨੂੰ ਜ਼ਰਾ ਸਲੋਕ ਡਾਊਨ ਕਰ ਦਿਆਂਗੇ ਅਲਟਰਨੇਟਿਵ ਮੈਡੀਸਨ ਦੀ ਦਵਾਈ ਦਾ ਇੱਕ ਹੋਰ ਫਾਇਦਾ ਹੈ ਕਿ ਇਹ ਨਾਉਨੋ ਹਾਈਪਰ ਕਰਦੀ ਹੈ ਨਾ ਹਾਈਪੋ ਕਰਦੀ ਹੈ ਇਹ ਕੀ ਕਰਦੀ ਹੈ ਨਰਮਲਾਈਜ਼ ਕਰਦੀ ਹੈ ਤੁਸੀਂ ਇੱਥੇ ਹੋ ਤੇ ਇੱਥੇ ਲਾਏਗੀ ਇੱਥੇ ਹੋ ਤੇ ਇੱਥੇ ਲਾਏਗੀ ਤੇ ਜਦੋਂ ਨਰਮਲਾਈਜ਼ ਹੋ ਗਿਆ ਜੀ ਤੇ ਥਾਇਰੋਇਡ ਨਹੀਂ ਹੈਗਾ ਇਹ ਕੋਈ ਸਾਲ 2 ਸਾਲ ਜਾਂ ਮੈਕਸਿਮਮ 2.5 ਸਾਲ ਖਾਣੀ ਪੈਂਦੀ ਹੈ ਇਹ ਦਵਾਈ ਇਹ ਵਾਲੀ ਸਾਢੇ ਵਾਲੀ ਜੀ ਲੇਕਿਨ ਇਸ ਦੌਰਾਨ ਦਵਾਈ ਖਾਂਦੇ ਹੋਏ ਤੁਸੀਂ ਜ਼ਿੰਦਿਆਂ ਚ ਹੁੰਦੇ ਹੋ ਦੂਸਰੀਆਂ ਦਵਾਈਆਂ ਤਰ੍ਹਾਂ ਨਹੀਂ ਹੁੰਦਾ ਕੀ ਆ ਬਾਤ ਹੈ ਸੋ ਡਾਕਟਰ ਸਾਹਿਬ ਬਹੁਤ ਵਧੀਆ ਤੁਸੀਂ ਸਾਨੂੰ ਗੱਲਬਾਤ ਦੱਸੀ ਆ ਔਰ ਦਵਾਈ ਦਾ ਵੀ ਦੱਸਿਆ ਤੁਸੀਂ ਜਰੂਰ ਤੁਹਾਡੇ ਨਾਲ ਆ ਕੇ ਸਲਾਹ ਕਰ ਸਕਦੇ ਆ ਜਿਨ੍ਹਾਂ ਨੂੰ ਵੀ ਕੋਈ ਪ੍ਰੋਬਲਮ ਹੈਗੀ ਆ ਜਾਂ ਕੋਈ ਸਿੰਪਟਮਸ ਹੈਗੇ ਆ ਤੇ ਤੁਸੀਂ ਜਾਂਦੇ ਜਾਂਦੇ ਇੱਕ ਵਧੀਆ ਜਿਹੀ ਗੱਲ ਦੱਸਦੇ ਜਾਂਦੇ ਹੋ ਅੱਜ ਦਾ ਕੀ ਹੈਗਾ مشਵਰਾ ਕਿਉਂਕਿ ਹੋਣਾ ਆ ਇਸ ਸਾਲ ਦਾ 2020 ਦਾ ਸਾਡਾ ਲਾਸਟ ਪ੍ਰੋਗਰਾਮ ਆ ਸੀ ਹੁਣ 2021 ਦੇ ਵਿੱਚ ਦੁਬਾਰਾ ਪ੍ਰੋਗਰਾਮ ਕਰਾਂਗੇ ਸੋ ਨਵਾਂ ਸਾਲ ਆਉਣ ਵਾਲਾ ਸੋ ਕੀ ਕਹਿ ਕੇ ਜਾਓਗੇ ਜੀ ਨਵੇਂ ਸਾਲ ਲਈ ਇੱਕ ਤੇ ਮੇਰਾ ਇਹੀ مشਵਰਾ ਹੈ ਤੁਹਾਨੂੰ ਸਾਰਿਆਂ ਨੂੰ ਕਿ ਸਟ्रेस ਨਾ ਦੋ ਸਿਰ ਨੂੰ ਧਿਆਨ ਕਰੋ ਹੂੰ ਕੀ ਕਿੰਨੇ ਟੈਨਸ਼ਨ ਆਪਾਂ ਤਾਂ ਇਹ ਹੀ ਸੁਣਿਆ ਕਿ ਟੈਨਸ਼ਨ ਲੈਣੇ ਕਾ ਨਹੀਂ ਦੇਣੇ ਕਾ ਐਕਚੁਅਲੀ ਟੈਨਸ਼ਨ ਨਾ ਲੈਣੇ ਕਾ ਨਾ ਦੇਣੇ ਕਾ ਖੁਸ਼ ਰਹਾ ਕਰੋ ਤੇ ਦੂਜਿਆਂ ਨੂੰ ਵੀ ਖੁਸ਼ ਰਹਿਣ ਦਾ ਮੌਕਾ ਦਿਆ ਕਰੋ ਜਦੋਂ ਤੁਸੀਂ ਆਪਣੇ ਆਪ ਨੂੰ ਖੁਸ਼ ਦੇਖਣਾ ਚਾਹੁੰਦੇ ਹੋ ਤੇ ਨਾਲ ਦਾ ਤੁਹਾਡਾ ਖੁਸ਼ ਨਹੀਂ ਹੋਏਗਾ ਤੁਹਾਨੂੰ ਕਦੀ ਖੁਸ਼ੀ ਨਹੀਂ ਮਿਲ ਸਕਦੀ ਤੇ ਆਪਣੀਆਂ ਖੁਸ਼ੀਆਂ ਵੰਡ ਕੇ ਖਾਓ ਜਿੰਨਾ ਜ਼ਿਆਦਾ ਤੁਸੀਂ ਖੁਸ਼ੀਆਂ ਸ਼ੇਅਰ ਕਰੋਗੇ ਓਨੀਆਂ ਜ਼ਿਆਦਾ ਤੁਹਾਡੀਆਂ ਖੁਸ਼ੀਆਂ ਮਲਟੀਪਲਾਈ ਹੋਣਗੀਆਂ ਤੇ ਜੇ ਤੁਸੀਂ ਸਟ੍ਰੈਸ ਸ਼ੇਅਰ ਕਰੋਗੇ ਤੇ ਤੁਹਾਡਾ ਸਟ੍ਰੈਸ ਵੀ ਮਲਟੀਪਲਾਈ ਹੋਏਗਾ ਪਿਆਰ ਸ਼ੇਅਰ ਕਰੋਗੇ ਤੇ ਪਿਆਰ ਮਲਟੀਪਲਾਈ ਹੋਏਗਾ ਮੁਹੱਬਤ ਸ਼ੇਅਰ ਕਰੋਗੇ ਲਵ ਸ਼ੇਅਰ ਕਰੋਗੇ ਪੈਸੇ ਸ਼ੇਅਰ ਕਰੋਗੇ ਇਲਮ ਸ਼ੇਅਰ ਕਰੋਗੇ ਰੋਟੀ ਸ਼ੇਅਰ ਕਰੋਗੇ ਖਾਣਾ ਸ਼ੇਅਰ ਕਰੋਗੇ ਤੇ ਉਹ ਮਲਟੀਪਲਾਈ ਹੋਏਗਾ ਤੁਹਾਡਾ ਖਾਣਾ ਵਧੇਗਾ ਤੁਹਾਡੀ ਰੋਟੀ ਵਧੇਗੀ ਤੁਹਾਡੀ ਰੋਜ਼ੀ ਵਧੇਗੀ ਤੁਹਾਡਾ ਸਕੂਨ ਵਧੇਗਾ ਤੇ ਜੇ ਸਾਰੇ ਪਾਸੇ ਇੰਜ ਹੋ ਜਾਏ ਸਾਰੀ ਦੁਨੀਆ ਤੇ ਇੰਜ ਹੋ ਜਾਏ ਤੇ ਤਕਲੀਫਾਂ ਹੀ ਮੁੱਕ ਜਾਣ ਸਾਰੀਆਂ ਥੈਂਕ ਯੂ ਡਾਕਟਰ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਸਾਨੂੰ ਥੈਂਕ ਯੂ ਜੀ ਸასი ਸਾਹਿਬ